आइकॉन हॉकी दे। सोढ़ी साहब भी आ गए, आम आदमी पार्टी वालों सुरेंद्र सिंह सोढ़ी हॉकी दे ओलंपियन, उन्होंने भी इसे तरह के नाल देखा जा रहा कि प्रगट सिंह की एक तरह के नाल मार्किंग समझ। आम आदमी पार्टी एक दिल्ली का फेक मॉडल बेच रही है। प्रगट सिंह के बारे ये जरूर कहा जाता कि एबसेंट रहे, गैर हाजिर रहे कॉन्स्टिट्यूएंसी चो। गैर हाजिर नहीं रहा, बेसिकली ये कहण की गल ही है। हुण तुसी जदों वोटां मंगन जा रहे हो, 5 साल दे रिपोर्ट काढ़ना जा रहे हो, 111 दिनां दे रिपोर्ट काढ़ना जा रहे हो कि प्रगट सिंह ने बतौर 5 साल विधायक की किया, इस दे आधार ते जा रहे। मैनू लगता कि असी जे सारे जने थोड़ी जी मेहनत भी कर रही है तो कोई प्रॉब्लम नहीं है कि कांग्रेस की सरकार जिहड़ी उह आवे। हुण तुहाडे हल्के दे बारे भी कैलकुलेशन इह आ कि जे कांग्रेस दा वोट वंडिया गया तो प्रगट सिंह नूं डेंट पै जाए। मैनू तो इन्हां नाल वैसे बहुता मुकाबला भी नहीं मैनू लगता। ਤੁਹਾਡੇ ਸਾਂਸਦ ਕਹਿ ਦਿੰਦੇ ਵੀ ਮੇਰੇ ਪੁੱਤ ਨੂੰ ਟਿਕਟ ਨਹੀਂ ਦਿੱਤੇ ਅਤੇ ਅਸੀਂ ਫਿਰ ਆਜ਼ਾਦ ਲੜਾਂਗੇ, ਕਿ ਪ੍ਰਿਅੰਕਾ ਗਾਂਧੀ ਨਾਰਾ ਹੋਰ ਦਿੰਦੇ ਨੇ ਇੱਥੇ ਮਹਿਲਾਵਾਂ ਦੀਆਂ ਟਿਕਟਾਂ ਕੱਟੀ ਜਾਂਦੇ ਹੋ ਅਤੇ ਫਿਰ ਇਹ ਡੈਮੋਕ੍ਰੇਸੀ ਨਹੀਂ ਹੋਈ। ਕਾਂਗਰਸ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਡਿਸਕਸ਼ਨ ਹੋਈ ਆ, ਉਸ ਡਿਸਕਸ਼ਨ ਦੇ ਵਿੱਚੋਂ ਜਿਹੜੀ ਪਾਰਟੀ ਆ ਉੱਭਰ ਕੇ ਸਾਹਮਣੇ ਆ, ਔਰ ਇਹ ਚੀਜ਼ਾਂ ਜਿਹੜੀਆਂ ਨਾ ਅਕਾਲੀ ਦਲ 'ਚ ਨਾ ਆਪ ਅਤੇ ਨਾ ਬੀਜੇਪੀ 'ਚ ਹੁੰਦੀਆਂ ਨਹੀਂ ਹੈਗੀਆਂ। ਤੁਹਾਡੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਆ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਗਰੰਟੀ ਅਨਾਊਂਸ ਕੀਤੀ ਹੈ ਸ਼ਹਿਰਾਂ ਦੇ ਲਈ। ਅਰਵਿੰਦ ਕੇਜਰੀਵਾਲ ਦੇ ਮਾਡਲ ਨੂੰ ਤੁਸੀਂ ਕਿਵੇਂ ਅਸੈਸ ਕਰਦੇ ਹੋ? ਹਜ਼ਾਰਾਂ ਲੋਕਾਂ ਨੇ ਪੋਸਟਰ ਲਾ ਕੇ ਕਿਹਾ ਵਿਕਰਮ ਬਾਰੇ, ਲੇਕਿਨ ਐਟ ਦਾ ਸੇਮ ਟਾਈਮ ਆਪ ਮਾਫੀ ਮੰਗ ਕੇ ਚਲੇ ਗਿਆ। ਇਹੋ ਜਿਹੇ ਬੰਦੇ ਦੀ ਕਾਹਦੀ ਗਰੰਟੀ? ਤੁਹਾਡੇ ਮਿੱਤਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਾਂਗਰਸ ਦੇ ਲੀਡਰਾਂ ਨੇ ਖੁੱਲ੍ਹ ਕੇ ਕਿਹਾ ਕਿ ਉਹ ਆਪਦੀ ਵੱਖਰੀ ਡਫਲੀ ਵਜਾ ਰਹੇ ਆ, ਸੀਐਮ ਫੇਰ ਸਾਨੂੰ ਚੰਨੀ ਹੋਣੇ ਚਾਹੀਦੇ। ਨਵਜੋਤ ਸਿੱਧੂ ਫਿਰ ਟੀਮ ਐਜ਼ ਏ ਟੀਮ ਸਪਿਰਿਟ ਨਹੀਂ ਚੱਲ ਰਹੇ? ਇਮਾਨਦਾਰੀ ਨਾਲ ਦੱਸਿਓ ਅੱਜ ਦੀ ਸਿਚੁਏਸ਼ਨ ਦੇ ਵਿੱਚ ਕੀ ਅਸੈਸ ਕਰ ਰਹੇ ਹੋ? ਸਿਚੁਏਸ਼ਨ ਚੈਲੰਜ ਕਿਹੜਾ ਹੈਗਾ ਕਾਂਗਰਸ ਲਈ? ਅਕਾਲੀ ਚੈਲੰਜ ਲੱਗ ਰਹੇ ਉਹਨਾਂ ਨੂੰ ਜਾਂ ਆਮ ਆਦਮੀ ਪਾਰਟੀ? ਮੈਂ ਆਪਣੇ ਹਲਕੇ 'ਚ ਦੇਖਾਂ ਤਾਂ ਮੈਨੂੰ ਤਾਂ ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪਮਿਲ ਭਾਟੀਆ। ਵਿਸ਼ਵ ਭਰ ਦੇ ਵਿੱਚ ਹਾਕੀ ਦੇ ਬਿਹਤਰੀਨ ਡਿਫੈਂਡਰ ਅਤੇ ਕਾਂਗਰਸ ਦੇ MLA ਪ੍ਰਗਟ ਸਿੰਘ ਹੁਣ ਜਲੰਧਰ ਕੈਂਟ ਸੀਟ ਤੋਂ ਆਪਣੀ ਵਿਧਾਇਕੀ ਡਿਫੈਂਡ ਕਰ ਰਹੇ ਨੇ। ਪਿਛਲੇ ਵਾਰ ਦੇ ਨਾਲੋਂ ਇਸ ਵਾਰ ਦਾ ਚੋਣ ਮੁਕਾਬਲਾ ਸਖਤ ਮੰਨਿਆ ਜਾ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ 'ਤੇ ਜੁੜ ਰਹੇ ਨੇ ਪ੍ਰਗਟ ਸਿੰਘ। ਪ੍ਰਗਟ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ 'ਤੇ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਪਿਛਲੇ ਵਾਰ ਦੇ ਨਾਲੋਂ ਇਸ ਵਾਰ ਦਾ ਇਲੈਕਸ਼ਨ 'ਚ ਫਰਕ ਕੀ ਹੈ, ਡਿਫਰੈਂਸ ਕੀ ਆ? ਪਾਰਟੀ ਦਾ ਫਰਕ ਹੈਗਾ, ਉਹ ਇੱਕ ਹੈਗਾ, ਅਦਰਵਾਈਜ਼ ਫਰਕ ਕੀ ਹੈ? ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਕੁਝ ਸੀਟਾਂ ਫਸੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਜਲੰਧਰ ਕੈਂਟ ਦਾ ਵੀ ਨਾਂ ਲਿਆ ਜਾ ਰਿਹਾ। ਪਰ ਭਾਟੀਆ ਜੀ, ਮੈਨੂੰ ਨਹੀਂ ਲੱਗਦਾ, ਇੱਕ ਤਾਂ ਪਾਰਟੀਆਂ ਬਹੁਤ ਆ, ਦੂਸਰੀ ਗੱਲ ਹੈ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਅਤੇ ਇੱਕ ਕਿਰਦਾਰ, ਕਿਉਂਕਿ ਪੋਲੀਟੀਕਲ ਲੋਕਾਂ ਨੂੰ ਇੱਕ ਡਿਫਰੈਂਟ ਕਿਰਦਾਰ ਨਾਲ ਦੇਖਿਆ ਜਾਂਦਾ, ਪਰ ਜਿਹੜੀ ਮੇਰੀ ਕਾਰਗੁਜ਼ਾਰੀ ਆ ਉਹਨੂੰ ਇੱਕ ਡਿਫਰੈਂਟ ਕਿਰਦਾਰ ਨਾਲ ਦੇਖਿਆ ਜਾਂਦਾ, ਔਰ ਜਿਹੜੀ ਇਸ ਏਰੀਏ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ। ਕਈ ਵਾਰੀ ਮੇਰੇ ਵਿਰੋਧੀ ਇਹ ਵੀ ਕਹਿੰਦੇ ਜੀ ਦੇਖੋ ਜੀ ਉੱਥੇ ਉਹ ਜੀ ਸੜਕਾਂ ਹੈ ਨਹੀਂ ਜੀ, ਕਿਉਂਕਿ 11 ਪਿੰਡਾਂ 'ਚ ਸੀਵਰੇਜ ਪਿਆ, ਓਬਵੀਅਸਲੀ ਆ ਸੜਕਾਂ ਪੱਟੀ ਹੋਣੀਆਂ ਸੀ ਤਾਂ ਹੀ ਸੀ। ਇਹੀ ਗੱਲ ਹੈ ਵੀ ਸੜਕਾਂ ਪੱਟਤੀਆਂ, ਇਲੈਕਸ਼ਨ ਆ ਗਏ ਅਤੇ ਬਣਾਉਣੀਆਂ ਸ਼ੁਰੂ ਕਰਤੀਆਂ। ਨਹੀਂ ਦੇਖੋ, ਅਲਟੀਮੇਟਲੀ 11 ਪਿੰਡਾਂ ਦੇ ਵਿੱਚ ਲਗਭਗ 70 ਕਰੋੜ ਦਾ ਸੀਵਰੇਜ ਪਿਆ ਹੈਗਾ, ਅਤੇ ਉਹ ਮੈਂ ਨਹੀਂ ਚਾਹੁੰਦਾ ਵੀ ਕੋਈ ਇੱਦਾਂ ਦੀ ਅਸੀਂ ਗੱਲ ਕਰੀਏ ਜਿਹਦੇ ਨਾਲ ਮਤਲਬ ਕੋਈ ਇੱਦਾਂ ਲੱਗੇ ਵੀ ਜਿੱਦਾਂ ਆਰਟੀਫਿਸ਼ਲ ਹੈ। ਸੋ ਮੈਂ ਹਮੇਸ਼ਾ, ਕਿਉਂਕਿ ਉਹਨਾਂ 11 ਪਿੰਡਾਂ ਨੂੰ ਵੀ ਪਤਾ ਹੈਗਾ, ਕਿਉਂਕਿ ਜੇ ਉਹਨਾਂ 11 ਪਿੰਡਾਂ 'ਚ ਸੀਵਰੇਜ ਨਾ ਪੈਂਦਾ ਤਾਂ ਉੱਥੇ ਹਾਲਾਤ ਬਹੁਤੇ ਚੰਗੇ ਨਹੀਂ ਸੀ, ਕਿਉਂਕਿ ਪਿੰਡ ਵੱਡੇ ਹੋ ਗਏ, ਛੱਪੜ ਉਹਨਾਂ ਦੇ ਛੋਟੇ ਸੀ, ਜਾਂ ਓਵਰਫਲੋ ਹੁੰਦਾ ਸੀ ਜਾਂ ਬੈਕ ਮਾਰਦੇ। ਸੋ ਮੈਂ ਉਹਨਾਂ ਨੂੰ ਸ਼ਹਿਰ 'ਚ ਲਿਆ ਕੇ, ਕਿਉਂਕਿ ਕੋਵਿਡ ਕਰਕੇ ਥੋੜ੍ਹਾ ਜਿਹਾ 5-6 ਮਹੀਨੇ 8 ਮਹੀਨੇ ਲੇਟ ਜ਼ਰੂਰ ਹੋਏ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ। ਅੱਛਾ, ਇੰਨੀ ਮੇਰੇ ਅਗੇਂਸਟ ਗੱਲ ਹੈਗੀ ਆ, ਇਦੋਂ ਵੱਧ ਕੋਈ ਗੱਲ ਹੈ ਨਹੀਂ, ਕੋਈ ਕਿਸੇ ਕਿਸਮ ਦਾ ਕੋਈ ਚਾਰਜ ਹੀ ਹੈ ਨਹੀਂ। ਇਹ ਤਾਂ ਠੀਕ ਹੈ, ਪ੍ਰਗਟ ਸਿੰਘ ਦੇ ਬਾਰੇ ਕੋਈ ਇਸ ਤਰ੍ਹਾਂ ਦਾ ਐਲੀਗੇਸ਼ਨ ਨਹੀਂ ਹੈਗਾ, ਡਾਇਰੈਕਟ ਐਲੀਗੇਸ਼ਨ ਨਹੀਂ ਹੈ, ਕੋਈ ਕਰਪਸ਼ਨ ਦਾ ਨਹੀਂ ਹੈ, ਕੋਈ ਦੂਜਾ ਤੀਜਾ ਨਹੀਂ ਹੈਗਾ। ਪ੍ਰਗਟ ਸਿੰਘ ਦੇ ਬਾਰੇ ਇਹ ਜ਼ਰੂਰ ਕਿਹਾ ਜਾਂਦਾ ਕਿ ਐਬਸੈਂਟ ਰਹੇ, ਗੈਰ ਹਾਜ਼ਰ ਰਹੇ ਕੌਂਸਟੀਚੁਐਂਸੀ 'ਚੋਂ। ਗੈਰ ਹਾਜ਼ਰ ਨਹੀਂ ਰਿਹਾ, ਬੇਸਿਕਲੀ ਇਹ ਕਹਿਣ ਦੀ ਗੱਲ ਹੀ ਹੈਗੀ ਆ। ਮੈਂ ਇਹ ਨਰੇਟਿਵ ਹੁੰਦੇ ਇਲੈਕਸ਼ਨਸ ਦੇ ਵਿੱਚ ਚੀਜ਼ਾਂ ਇਮੇਜ 'ਤੇ ਫਰਕ ਪਾ ਦਿੰਦੀਆਂ। ਨਹੀਂ, ਮੇਰੇ ਕਹਿਣ ਦਾ ਮਤਲਬ, ਮੈਂ 650 ਕਰੋੜ ਰੁਪਈਆ ਆਪਣੀ ਕੌਂਸਟੀਚੁਐਂਸੀ 'ਚ ਲਿਆਂਦਾ। ਅੱਛਾ, ਮੈਂ ਸਾਰਿਆਂ ਨੂੰ ਬਾਈ ਜੀ ਕਰਦਾ, ਮਿਲਦਾ ਫਿਰਦਾ, ਅਤੇ 650 ਕਰੋੜ ਰੁਪਈਆ ਨਾ ਲਿਆਵਾਂ, ਮੈਨੂੰ ਲੱਗਦਾ ਇਹ ਚੰਗਾ ਆ ਕਿ ਉਹ ਚੰਗਾ ਆ, ਕਿਉਂਕਿ ਮੈਂ ਤਾਂ ਕੰਮ ਕਰਨ 'ਚ ਵਿਸ਼ਵਾਸ ਰੱਖਦਾ, ਕਿਉਂਕਿ ਜਿਹੜੀਆਂ ਸਾਡੇ 66 ਫੁੱਟ ਰੋਡ ਆ,
ਜਾਂ ਈਵਨ ਕਿ ਗੰਦਾ ਨਾਲਾ ਦੱਬ ਕੇ 7.5 ਕਿਲੋਮੀਟਰ ਸ਼ਹਿਰ ਤੋਂ ਬਾਹਰ ਜਾ ਰਿਹਾ ਜਿੱਥੇ ਸਾਈਕਲਿੰਗ ਟਰੈਕ ਅਤੇ ਜੋਗਿੰਗ ਟਰੈਕ ਬਣਨਾ ਔਰ 11 ਪਿੰਡਾਂ ਦੇ ਉੱਤੇ ਲਗਭਗ 70 ਕਰੋੜ ਦਾ ਸੀਵਰੇਜ ਅਤੇ 35 ਕਰੋੜ ਦੀ ਵਾਟਰ ਸਪਲਾਈ ਅਤੇ ਛਾਉਣੀ ਦੇ ਵਿੱਚ 15 ਕਰੋੜ ਰੁਪਈਆ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ। ਸੋ ਇਹ ਚੀਜ਼ਾਂ ਜਿਹੜੀਆਂ ਕਿਤੇ ਉਹ ਹੀ ਨਹੀਂ ਆਉਂਦੀਆਂ, ਇਹਦੇ ਵਿੱਚ ਸਮਾਂ ਵੀ ਲੱਗਦਾ, ਇਹਦੇ ਵਿੱਚ ਸਾਰਾ ਕੁਛ ਐਨਰਜੀ ਵੀ ਲੱਗਦੀ ਆ। ਸੋ ਇਸ ਕਰਕੇ ਇਹ ਬਸ ਐਕਚੁਲੀ ਇਹ ਠੀਕ ਆ ਵੀ ਮੈਂ ਜੱਫੀ ਵਾਲਾ ਕਲਚਰ ਬਹੁਤਾ ਨਹੀਂ ਰੱਖਦਾ ਜਿਹੜੇ ਆਮ ਪੋਲੀਟੀਸ਼ੀਅਨ ਕਰਦੇ ਵੀ ਜਾਂ ਤਾਂ ਜੱਫੀ ਪਵਾ ਲਓ ਅਤੇ ਜਾਂ ਕੰਮ ਕਰਾ ਲਓ, ਮੈਨੂੰ ਲੱਗਦਾ ਕੰਮ ਕਰਨਾ ਚਾਹੀਦਾ। ਪ੍ਰਗਟ ਜੀ ਇੱਕ ਹੋਰ ਚੀਜ਼ ਹੈਗੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਇਹ ਕਹਿ ਕੇ ਲਾ ਦਿੱਤਾ ਵੀ ਇਹ ਕੰਮ ਨਹੀਂ ਹੋਇਆ, ਸਾਂਝ ਸੀ ਜੋ ਵੀ ਸੀ ਉਹ ਨੈਰੇਟਿਵ ਅਲੱਗ ਹੋ ਗਿਆ, ਚਲਾ ਗਿਆ। ਹੁਣ ਤੁਸੀਂ ਜਦੋਂ ਵੋਟਾਂ ਮੰਗਣ ਜਾ ਰਹੇ ਹੋ, 5 ਸਾਲ ਦੇ ਰਿਪੋਰਟ ਕੱਢਣਾ ਜਾ ਰਹੇ ਹੋ, 111 ਦਿਨਾਂ ਦੇ ਰਿਪੋਰਟ ਕੱਢਣਾ ਜਾ ਰਹੇ ਹੋ ਕਿ ਪ੍ਰਗਟ ਸਿੰਘ ਨੇ ਬਤੌਰ 5 ਸਾਲ ਵਿਧਾਇਕ ਕੀ ਕੀਤਾ, ਇਸ ਦੇ ਆਧਾਰ 'ਤੇ ਜਾ ਰਹੇ ਹੋ? ਨਹੀਂ, ਮੈਂ ਤਾਂ ਸਾਰਾ ਕੁਛ ਹੀ ਕਲੀਅਰ ਕਰ ਲੈਂਦਾ ਹੁੰਦਾ। ਐਜ਼ ਏ ਮਿਨਿਸਟਰ ਤਾਂ ਮੈਂ 90 ਦਿਨ, ਐਜ਼ ਏ ਵਿਧਾਇਕ ਡੈਫੀਨੇਟਲੀ ਆਈ ਹੈਵ ਟੂ ਐਕਸੈਪਟ ਇਟ, ਬਟ ਉਹਦੇ ਵਿੱਚ ਜਿਹੜੀ ਲੜਾਈ ਜਿਹੜੀ, ਕਿਉਂਕਿ ਲੜਾਈ ਜਿਹੜੀ ਉਸ ਲੈਵਲ ਦੀ ਲੜੀ ਆ, ਕਿਉਂਕਿ ਜੇ ਭਾਟੀਆ ਜੀ ਇੱਕ ਗੱਲ ਸਮਝ ਲਈਏ ਆਪਾਂ ਵੀ ਜੇ ਉਹ ਨਾ ਲੜਾਈ ਲੜੀ ਹੁੰਦੀ, ਅੱਜ ਕਾਂਗਰਸ ਉਸ ਲੜਾਈ ਦੇ ਸ਼ਾਇਦ ਰੇਸ ਦੇ ਵਿੱਚ ਵੀ ਨਾ ਰਹਿੰਦੀ, ਕਿਉਂਕਿ ਉਸ ਲੜਾਈ ਲੜਨ ਦਾ ਮਤਲਬ ਤਾਂ ਇਹ ਨਿਕਲਿਆ ਹੈਗਾ ਕਿ ਅੱਜ ਕਾਂਗਰਸ ਦੀ ਸਰਕਾਰ ਜਿਹੜੀ ਉਹ ਬਣਨ ਜਾ ਰਹੀ ਆ। ਉਹ ਇਸ ਕਰਕੇ ਵੀ ਬਣਨ ਜਾ ਰਹੀ ਆ ਕਿਉਂਕਿ 5 ਪਾਰਟੀਆਂ ਲੜ ਰਹੀਆਂ। ਜਦੋਂ 5 ਪਾਰਟੀਆਂ ਲੜ ਰਹੀਆਂ, ਜਿਹੜਾ ਸਾਡਾ ਕੰਸੋਲੀਡੇਟਡ ਸ਼ੇਅਰ ਹੈਗਾ ਉਹ ਆਲਮੋਸਟ 33-34% ਹੈਗਾ। ਕੰਸਟੀਟਿਊਂਸੀ ਦਾ ਜਾਂ ਸਟੇਟ ਦੀ ਗੱਲ ਕਰ ਰਹੇ ਹੋ? ਓਵਰਆਲ ਸਟੇਟ, ਓਵਰਆਲ ਸਟੇਟ ਦੀ 36-37% ਵੋਟ ਪਏ ਸੀ ਤੁਹਾਨੂੰ? ਨਹੀਂ, ਮੇਰੇ ਕਹਿਣ ਦਾ ਮਤਲਬ ਓਵਰਆਲ ਜਿਹੜਾ ਆ, ਕਦੀ ਘੱਟ ਤੋਂ ਘੱਟ ਵੀ ਜਿਹੜਾ ਉਹ 33% ਪਿਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਜੇ ਸਾਰੇ ਜਣੇ ਥੋੜ੍ਹੀ ਜਿਹੀ ਮਿਹਨਤ ਵੀ ਕਰ ਲਈਏ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਕਾਂਗਰਸ ਦੀ ਸਰਕਾਰ ਜਿਹੜੀ ਉਹ ਨਾ ਬਣ ਸਕੇ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਜ਼ਿਆਦੀਆਂ ਧਿਰਾਂ ਖੜੀਆਂ ਹੋ ਗਈਆਂ, ਇਹ ਕਾਂਗਰਸ ਦੀ ਐਂਟੀ ਇਨਕੰਬੈਂਸੀ ਲੈ ਲਓ ਜਾਂ ਕੈਪਟਨ ਦੇ ਜੋ ਖਾਤੇ 'ਚ ਐਂਟੀ ਇਨਕੰਬੈਂਸੀ ਪਈ ਉਸ ਨੂੰ ਐਡਜਸਟ ਕਰ ਦੂ? ਮੈਨੂੰ ਲੱਗਦਾ ਇੱਕ ਐਂਟੀ ਇਨਕੰਬੈਂਸੀ ਕੰਸਟੀਟਿਊਂਸੀ ਦੀ ਵੀ ਹੁੰਦੀ ਹੈ। ਤੁਸੀਂ ਲਗਾਤਾਰ ਜਿੱਤਦੇ ਆ ਰਹੇ ਹੋ, ਤੁਹਾਡੀ ਵੀ ਐਂਟੀ ਇਨਕੰਬੈਂਸੀ ਖੜੀ ਹੋ ਜਾਂਦੀ ਹੈ। ਹਾਂ, ਡੈਫੀਨੇਟਲੀ ਹੋ ਜਾਂਦੀ। ਉਹਦਾ ਪਾਰ ਕਿਵੇਂ ਪਾਉਣਾ? ਕਿਉਂਕਿ ਦੋ ਚੀਜ਼ਾਂ ਨੇ ਤੁਹਾਡੀ ਕੰਸਟੀਟਿਊਂਸੀ ਨੂੰ ਲੈ ਕੇ ਆ ਕਿ ਟਿਕਟਾਂ ਵੰਡਣ ਤੋਂ ਬਾਅਦ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਾਗੀ ਖੜੇ ਹੋ ਗਏ, ਅਸੀਂ ਆਜ਼ਾਦ ਤੁਹਾਡੇ 'ਤੇ ਮੰਤਰੀਆਂ ਦੇ ਮੁੰਡੇ ਖੜੇ ਕਰ ਦਿੱਤੇ ਆਪਣੇ, ਤੁਹਾਡੇ ਵੀ ਪਾਰਟੀ ਦੇ ਵਿੱਚ ਵੀ ਜਿਹੜੇ ਕਾਂਗਰਸੀ ਸੀਗੇ ਜਗਬੀਰ ਬਰਾੜ, ਤੁਹਾਡੇ ਟਿਕਟਾਂ ਤੋਂ ਬਾਅਦ ਰੌਲਾ ਨਹੀਂ ਪਿਆ, ਪਰ ਥੋੜ੍ਹੀ ਦੇਰ ਪਹਿਲੇ ਧੜਾ ਬਦਲ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਹੁਣ ਤੁਹਾਡੇ ਹਲਕੇ ਦੇ ਬਾਰੇ ਵੀ ਇੱਕ ਕੈਲਕੂਲੇਸ਼ਨ ਇਹ ਆ ਕਿ ਜੇ ਕਾਂਗਰਸ ਦਾ ਵੋਟ ਵੰਡਿਆ ਗਿਆ ਤਾਂ ਪ੍ਰਗਟ ਸਿੰਘ ਨੂੰ ਡੈਂਟ ਪੈ? ਦੇਖੋ ਪਮਲ ਜੀ, ਆਪਣਾ ਕੰਮ ਮਿਹਨਤ ਕਰਕੇ ਕਰੋ, ਆਪਣੀ ਲਾਈਨ ਲੰਬੀ ਮਾਰੋ। ਕੁਛ ਚੀਜ਼ਾਂ ਦੈਸਟਨੀ 'ਤੇ ਵੀ ਛੱਡ ਦੇਣੀਆਂ ਚਾਹੀਦੀਆਂ, ਕਿਉਂਕਿ ਕਿਆਸ ਰਾਂਝਾ ਤਾਂ ਪ੍ਰਗਟ ਸਿੰਘ ਬਾਰੇ ਕਿਆਸ ਰਾਂਝਾ ਤਾਂ ਬਹੁਤ ਲੱਗਦੀਆਂ ਰਹੀਆਂ, ਕਿਉਂਕਿ ਲੜਾਈ ਵੱਡੀ ਵਿੱਢ ਲਈ, ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਵਿੱਢ ਲਈ, ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਵਿੱਢ ਲਈ, ਅਜੇ ਤੱਕ ਤਾਂ ਪਰਮਾਤਮਾ ਦੀ ਨਿਗਾਹ ਸਵੱਲੀ ਆ। ਤੁਹਾਡੇ ਮਿੱਤਰ ਸਿੱਧੂ ਸਾਹਿਬ ਕਹਿੰਦੇ ਨਾ, ਨੋਬਡੀ ਕਿਕਸ ਅ ਡੈਡ ਡੌਗ, ਇਸ ਲਈ ਮਤਲਬ ਜਿਹੜੇ ਰੁੱਖ ਤੇ ਫਲ ਲੱਗੇ ਆ ਵੱਟੇ ਤੇ ਉੱਥੇ ਪੈਣੇ, ਇਹ ਤਾਂ ਉੱਥੇ ਪੈਣੇ, ਵੱਟੇ ਤਾਂ ਉੱਥੇ ਪੈਣੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ, ਮੈਨੂੰ ਤਾਂ ਇਹਨਾਂ ਨਾਲ ਵੈਸੇ ਬਹੁਤਾ ਮੁਕਾਬਲਾ ਵੀ ਨਹੀਂ ਮੈਨੂੰ ਲੱਗਦਾ। ਪ੍ਰਗਟ ਜੀ, ਤੁਸੀਂ ਮਤਲਬ ਆਈਕੋਨ ਹੋਕੀ ਦੇ, ਹਨਾ, ਓਕੇ, ਇੱਕ ਉਹ ਹੁੰਦੀ ਨਾ ਤੁਹਾਡੇ ਟਰਮ ਹੁੰਦੀ ਮੈਨ ਟੂ ਮੈਨ ਮਾਰਕਿੰਗ, ਹਨਾ, ਇੱਕ ਜਿਹੜਾ ਪਲੇਅਰ ਹੈ ਉਹਦੇ ਪਿੱਛੇ ਦੂਜਾ ਪਲੇਅਰ ਖੜ ਲਓ। ਸੋਢੀ ਸਾਹਿਬ ਵੀ ਆ ਗਏ ਆਮ ਆਦਮੀ ਪਾਰਟੀ ਵੱਲੋਂ, ਸੁਰਿੰਦਰ ਸਿੰਘ ਸੋਢੀ ਹੋਕੀ ਦੇ ਓਲੰਪੀਅਨ ਔਰ ਸਿੱਖ ਵਿਅਕਤੀ, ਉਹਨੂੰ ਵੀ ਇਸੇ ਤਰ੍ਹਾਂ ਦੇ ਨਾਲ ਦੇਖਿਆ ਜਾ ਰਿਹਾ ਕਿ ਪ੍ਰਗਟ ਸਿੰਘ ਦੀ ਇੱਕ ਤਰ੍ਹਾਂ ਦੇ ਨਾਲ ਮਾਰਕਿੰਗ ਸਮਝ ਲਓ। ਦੇਖੋ, ਹਾਕੀ ਪਲੇਅਰ ਹੋਣਾ ਇੱਕ ਗੱਲ ਹੈ, ਉਹਦੇ ਤੋਂ ਗਾਂਹ ਆਉਂਦਾ ਤੁਹਾਡਾ ਕਿਰਦਾਰ, ਉਹਦੇ ਤੋਂ ਗਾਂਹ ਆਉਂਦਾ ਤੁਹਾਡਾ ਐਕਸਪੀਰੀਅੰਸ, ਉਹਦੇ ਤੋਂ ਗਾਂਹ ਆਉਂਦਾ ਤੁਹਾਡਾ ਕੰਮ ਕਰਨ ਦਾ ਨਜ਼ਰੀਆ। ਤੁਸੀਂ ਅੱਧਾ ਗਲਾਸ ਭਰਿਆ ਦੇਖਦੇ ਕਿ ਅੱਧਾ ਗਲਾਸ ਖਾਲੀ ਦੇਖਦੇ, ਕਿਉਂਕਿ ਆਮ ਆਦਮੀ ਪਾਰਟੀ ਇੱਕ ਦਿੱਲੀ ਦਾ ਫੇਕ ਮਾਡਲ ਵੇਚ ਰਹੀ ਆ ਪੰਜਾਬ 'ਚ। ਮੈਂ ਨਹੀਂ ਇਸ ਮਾਡਲ ਨੂੰ ਬਿਲਕੁਲ, ਕਿਉਂਕਿ ਪੰਜਾਬੀ ਜਿਹੜੇ ਆ ਉਹ ਬਹੁਤ ਸਿਆਣੇ ਹੈਗੇ ਆ, ਇਹ ਠੀਕ ਆ ਲੋਕਾਂ ਨੂੰ ਐਂ ਲੱਗਦਾ ਕਿ ਇਮੋਸ਼ਨਲ ਹੈਗੇ ਆ, ਇਮੋਸ਼ਨਲ ਕਰਕੇ ਤਾਂ ਅਸੀਂ ਇਹਨਾਂ ਨੂੰ ਕਰ ਲਈਏ, ਬਟ ਐਟ, ਮੈਂ ਨਹੀਂ ਕਹਿੰਦਾ ਕਾਂਗਰਸ ਪਾਰਟੀ ਦੇ ਵਿੱਚ ਵੀ ਕਮੀਆਂ ਪੇਸ਼ੀਆਂ ਹੈਗੀਆਂ, ਅੱਜ ਦੇ ਦਿਨਾਂ 'ਚ ਤਾਂ ਬਹੁਤ ਨੇ, ਬਟ ਐਟ ਦਾ ਸੇਮ ਟਾਈਮ ਮੈਂ ਡੈਮੋਕ੍ਰੇਸੀ ਲਈ ਇਹ ਚੰਗਾ ਸ਼ਗਨ ਮੰਨਦਾ, ਕਿਉਂਕਿ ਇੰਟਰਨਲ ਡੈਮੋਕ੍ਰੇਸੀ ਖੜੀ ਹੋਣੀ ਚਾਹੀਦੀ ਆ। ਇਹ ਤਾਂ ਮੈਨੂੰ ਲੱਗਦਾ ਪ੍ਰਗਟ ਜੀ ਤੁਸੀਂ ਨਾ ਥੋੜ੍ਹਾ ਜਿਹਾ ਨਾ ਦਰਿਆ ਦਿਲੀ ਦਿਖਾ ਰਹੇ ਹੋ ਕਿ ਡੈਮੋਕ੍ਰੇਸੀ ਲਈ ਇਹ ਚੰਗਾ, ਜੇ ਤੁਹਾਡੇ ਸਿਟਿੰਗ ਮਿਨਿਸਟਰ ਆਪਣੇ ਮੁੰਡੇ ਖੜੇ ਕਰ ਦੇਣ, ਤੁਹਾਡੇ ਸਾਂਸਦ ਕਹਿ ਦੇਣ ਵੀ ਮੇਰੇ ਪੁੱਤ ਨੂੰ ਟਿਕਟ ਨਹੀਂ ਦਿੱਤੇ ਅਤੇ ਅਸੀਂ ਫਿਰ ਆਜ਼ਾਦ ਲੜਾਂਗੇ, ਜਿਹਨੂੰ ਟਿਕਟ ਨਹੀਂ ਮਿਲਦੀ, ਤੁਹਾਡੀਆਂ ਮਹਿਲਾ ਕੈਂਡੀਡੇਟ ਕਹਿ ਦੇਣ ਵੀ ਪ੍ਰਿਅੰਕਾ ਗਾਂਧੀ ਨਾਰਾ ਹੋਰ ਦਿੰਦੇ ਨੇ, ਇੱਥੇ ਮਹਿਲਾਵਾਂ ਦੀਆਂ ਟਿਕਟਾਂ ਕੱਟੀ ਜਾਂਦੇ ਹੋ, ਅਤੇ ਫਿਰ ਇਹ ਡੈਮੋਕ੍ਰੇਸੀ ਨਹੀਂ ਹੋਈ। ਮੈਂ ਕਹਿੰਦਾ ਇੰਡੀਵਿਜੁਅਲ ਦੀ ਹੋ ਸਕਦਾ ਨੈਗੇਟਿਵਿਟੀ, ਬਟ ਉਹਦੇ 'ਚ ਪਾਰਟੀ ਦੀ ਨੈਗੇਟਿਵਿਟੀ ਨਹੀਂ ਹੈ, ਉਹਦਾ ਕਾਰਨ ਇਹ ਆ ਇਹ ਪਾਰਟੀਆਂ ਕਿਸੇ ਹੋਰ 'ਚ ਗੱਲ ਹੋ ਸਕਦੀ ਆ। ਤੁਸੀਂ ਅੱਜ ਸੋਚ ਸਕਦੇ ਆ ਵੀ ਬੀਜੇਪੀ 'ਚ ਇੱਦਾਂ ਦੀ ਕੋਈ ਗੱਲ ਕਰ ਸਕਦਾ, ਤੁਸੀਂ ਇਹ ਸੋਚ ਸਕਦੇ ਆ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਇੱਦਾਂ ਦੀ। ਫਿਰ ਇਹਨੂੰ ਤੁਸੀਂ ਪ੍ਰਗਟ ਜੀ ਟਰਮ ਕੀ ਦਿੰਦੇ ਹੋ? ਤੁਸੀਂ ਐਡਮਿਨਿਸਟ੍ਰੇਟਰ ਵੀ ਰਹੇ ਹੋ, ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਨਾਲ ਪੁੱਛਣਾ,
ਤੁਸੀਂ ਫਿਰ ਇਹਨੂੰ ਟਰਨ ਕੀ ਦਿੰਦੇ ਹੋ? ਤੁਸੀਂ ਇਹਨੂੰ ਇਨਡਿਸਪਲਿਨ ਮੰਨਦੇ ਹੋ ਕਿ ਇੰਟਰਨਲ ਡੈਮੋਕ੍ਰੇਸੀ ਮੰਨਦੇ ਹੋ, ਜੇ ਟਿਕਟ ਨਹੀਂ ਮਿਲੀ ਆਜ਼ਾਦ ਖੜੇ ਹੋ ਜਾਓ? ਮੈਂ ਇਹ ਨਹੀਂ ਕਹਿੰਦਾ, ਮੈਂ ਕਹਿੰਦਾ ਕਿ ਜਿਹੜੇ ਇੰਡੀਵਿਜੂਅਲ ਆ ਉਹਨਾਂ ਦਾ ਇੱਦਾਂ ਦਾ ਥੋਟ ਪ੍ਰੋਸੈਸ ਹੋਣਾ ਇੱਕ ਮਾੜੀ ਗੱਲ ਹੈ, ਬਟ ਐਟ ਦਾ ਸੇਮ ਟਾਈਮ ਕਿਸੇ ਲੌਜੀਕਲ ਡਿਸਕਸ਼ਨ ਨੂੰ ਉੱਪਰ ਲੈ ਕੇ ਆਉਣਾ ਉਹ ਇੱਕ ਚੰਗਾ ਇਸ਼ੂ ਹੈ। ਇਹਦੇ ਵਿੱਚ ਦੋਨੇ ਮੈਚ ਐਂਡ ਮਿਕਸ ਹੋਏ ਆ। ਮੈਂ ਇਹਦੇ ਨਾਲ ਦੋ ਤਿੰਨ ਸੀਟਾਂ 'ਤੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ, ਲੇਕਿਨ ਇਹ ਤਾਂ ਉਹਨਾਂ ਇੰਡੀਵਿਜੂਅਲਸ ਨੂੰ ਸੋਚਣਾ ਚਾਹੀਦਾ। ਬਟ ਐਟ ਦਾ ਸੇਮ ਟਾਈਮ ਜਿਹੜੀ ਡਿਸਕਸ਼ਨ ਵਾਲੀ ਗੱਲ ਆ ਕਾਂਗਰਸ ਦੇ ਵਿੱਚ, ਜਿਹੜੀ ਪਿਛਲੇ ਸਮੇਂ ਦੇ ਵਿੱਚ ਡਿਸਕਸ਼ਨ ਹੋਈ ਆ, ਉਸ ਡਿਸਕਸ਼ਨ ਦੇ ਵਿੱਚੋਂ ਜਿਹੜੀ ਪਾਰਟੀ ਆ ਉੱਭਰ ਕੇ ਸਾਹਮਣੇ ਆਈ ਹੈਗੀ, ਔਰ ਇਹ ਚੀਜ਼ਾਂ ਜਿਹੜੀਆਂ ਨਾ ਅਕਾਲੀ ਦਲ 'ਚ ਨਾ ਆਪ ਅਤੇ ਨਾ ਬੀਜੇਪੀ 'ਚ ਹੁੰਦੀਆਂ ਨਹੀਂ ਹੈਗੀਆਂ। ਅੱਜ ਬੇਸਿਕਲੀ ਕੋਈ ਕੁਛ ਕਹਿ ਲਵੇ, ਪਰ ਮੈਨੂੰ ਨਹੀਂ ਲੱਗਦਾ ਇਹਨਾਂ ਪਾਰਟੀਆਂ 'ਚ ਦੇ ਵਿੱਚ ਕੋਈ ਬੋਲ ਵੀ ਸਕਦਾ ਹੋਵੇ, ਕਿਉਂਕਿ ਉੱਥੇ ਇੱਕ ਜਮਾਵੜਾ ਹੋ ਜਾਂਦਾ। ਉਹ ਫਿਰ ਪਾਵਰ ਕੋਰੀਡੋਰ ਆ, ਉਹਦੇ ਵਿੱਚ ਕਹਿਣ ਲੱਗ ਪੈਂਦੇ ਵੀ ਦੇਖੋ ਜੀ ਨਾ ਤੁਹਾਡੇ ਵਰਗਾ ਪੈਦਾ ਹੋਇਆ ਨਾ ਹੋਣਾ। ਇਹ ਡੇਂਜਰਸ ਸਾਈਨ ਆ, ਪੰਜਾਬੀ 'ਚ ਫੂਕ ਛਕਾਉਣਾ ਕਹਿ ਦਿੰਦੇ, ਫੂਕ ਛਕਾਉਣਾ ਕਹਿ ਦਿੰਦੇ ਆ ਵੀ ਲਓ ਜੀ ਇਹੋ ਜਿਹੀ ਫੂਕ ਛਕਾ ਦੇਣੀ ਅਤੇ ਉਹਦਾ ਅਲਟੀਮੇਟਲੀ ਉਹ ਭਗਾਨਾ ਫਟ ਜਾਣਾ। ਸੋ ਇਸ ਕਰਕੇ, ਔਰ ਜਿਹੜਾ ਬਦਲਾਅ ਆਉਣਾ, ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਜੀ ਬਦਲਾਅ ਦੀ ਰਾਜਨੀਤੀ ਕਰਾਂਗੇ, ਬਦਲਾਅ ਦੀ ਰਾਜਨੀਤੀ ਕਰਾਂਗੇ, ਆ ਜਲੰਧਰ 'ਚ ਚਾਰ ਖੜੇ ਆ ਚੌਹਾਂ 'ਚ, ਮੇਰਾ ਖਿਆਲ ਚੌਹਾਂ ਦੀ ਬੈਕਗਰਾਊਂਡ ਜੇ ਕਿਤੇ ਸੋਢੀ ਸਾਹਿਬ ਦੀ ਵੀ ਤੁਸੀਂ ਕਿਤੇ ਐਸ ਐਸ ਪੀ ਜਦੋਂ ਨਵੇਂ ਸ਼ਹਿਰ ਲੱਗੇ ਸੀ ਉਹਨਾਂ ਦੀ ਬੈਕਗਰਾਊਂਡ ਵੀ ਕੱਢ ਕੇ ਦੇਖ ਲਿਓ, ਕਿਉਂਕਿ ਲੋਕਾਂ ਨੇ ਕੱਢਣੀ ਆ। ਬਿਲਕੁਲ। ਅਤੇ ਜਿਹੜੇ ਬਾਕੀ ਖੜੇ ਹੈਗੇ ਆ ਉਹਨਾਂ ਦੀ ਵੀ ਬੈਕਗਰਾਊਂਡ, ਫਿਰ ਬਦਲਾਅ ਕਾਹਦੇ ਨਾਲ ਲਿਆਉਣਾ? ਬਦਲਾਅ ਤਾਂ ਬੰਦਿਆਂ ਨਾਲ ਆਉਣਾ ਕਿ ਹਵਾ ਨਾ ਆਊਗਾ? ਬਈ ਐਗਜੀਕਿਊਸ਼ਨ ਤਾਂ ਇਨਸਾਨ ਨੇ ਕਰਨੀ, ਇਨਸਾਨ ਨੇ ਕਰਨੀ। ਅਤੇ ਫਿਰ ਜੇ ਇੱਦਾਂ ਦੇ ਬੰਦੇ ਜਿਹੜੇ ਹੈਗੇ ਉਹ ਬਦਲਾਅ ਲੈ ਕੇ ਆਉਣਗੇ ਤਾਂ ਫਿਰ ਕਿਹੋ ਜਿਹਾ ਲੈ ਕੇ? ਤੁਹਾਡੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਆ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਗਰੰਟੀ ਅਨਾਊਂਸ ਕੀਤੀ ਹੈ ਸ਼ਹਿਰਾਂ ਦੇ ਲਈ, ਕਹਿ ਸਕਦੇ ਹੋ ਤੁਸੀਂ ਅਰਬਨ ਡਿਵੈਲਪਮੈਂਟ ਦੇ ਲਈ। ਤੁਹਾਡੇ ਮਿੱਤਰ ਅਰਬਨ ਡਿਵੈਲਪਮੈਂਟ ਮਿਨਿਸਟਰ ਰਹੇ ਨੇ ਸਿੱਧੂ ਸਾਹਿਬ, ਅਰਵਿੰਦ ਕੇਜਰੀਵਾਲ ਦੇ ਮਾਡਲ ਨੂੰ ਤੁਸੀਂ ਕਿਵੇਂ ਅਸੈਸ ਕਰਦੇ ਹੋ? ਇਮਾਨਦਾਰੀ ਨਾਲ ਦੱਸੋ, ਕਹਿੰਦੇ ਦਿੱਲੀ 'ਚ ਅਸੀਂ ਜੋ ਕੁਛ ਕੀਤਾ ਸਿਟੀਜ਼ ਦੇ ਲਈ ਉਹੀ ਪੰਜਾਬ 'ਚ ਐਗਜੀਕਿਊਟ ਕਰਾਂ। ਯਾਰ ਮਾਡਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਰੋੜਾਂ ਰੁਪਈਏ ਆਪਣੇ ਘਰ ਦੀ ਰੈਨੋਵੇਸ਼ਨ 'ਤੇ ਲਾਏ, ਉਹ ਕਹਿੰਦਾ ਮੈਂ ਆਮ ਆਦਮੀ ਹਾਂ। ਸਾਨੂੰ ਕਹਿੰਦਾ ਕਿ ਹਾਂ ਵੀ ਇਹਨਾਂ ਨੇ ਬਿਕਰਮ ਮਜੀਠੀਏ ਦੇ ਅਗੇਂਸਟ ਕਮਜ਼ੋਰ ਐੱਫ ਆਈ ਆਰ ਕੀਤੀ ਆ, ਅਤੇ ਆਪ ਮਾਫ਼ੀ ਮੰਗ ਕੇ ਚਲੇ ਗਿਆ। ਮਾਫ਼ੀ ਮੰਗੀ ਕਿ ਨਹੀਂ ਮੰਗੀ? ਅਤੇ ਫਿਰ ਇਹੋ ਜਿਹੇ ਦੀ ਕੀ ਗਰੰਟੀ ਆ? ਹਜ਼ਾਰਾਂ ਲੋਕਾਂ ਨੇ ਪੋਸਟਰ ਲਾ ਕੇ ਕਿਹਾ ਬਿਕਰਮ ਬਾਰੇ, ਲੇਕਿਨ ਐਟ ਦਾ ਸੇਮ ਟਾਈਮ ਆਪ ਮਾਫ਼ੀ ਮੰਗ ਕੇ ਚਲੇ ਗਿਆ। ਇਹੋ ਜਿਹੇ ਬੰਦੇ ਦੀ ਕਾਹਦੀ ਗਰੰਟੀ ਹੈ ਜਿਹੜਾ ਦਿੱਲੀਓਂ ਆਇਆ ਬੈਕਗਰਾਊਂਡ? ਅੱਜ ਵੀ ਪ੍ਰੈਸ ਕਾਨਫਰੰਸ 'ਚ ਅਰਵਿੰਦ ਕੇਜਰੀਵਾਲ ਨੂੰ ਜਦੋਂ ਬਿਕਰਮ ਮਜੀਠੀਆ ਦੇ ਸੰਬੰਧ ਦੇ ਵਿੱਚ ਸਵਾਲ ਹੋਇਆ ਕਿ ਤੁਸੀਂ ਮਾਫ਼ੀ ਮੰਗੀ, ਕਹਿੰਦੇ ਸਾਡੀ ਸਰਕਾਰ ਆਉਣ ਦਿਓ ਫਿਰ ਅਸੀਂ ਕਾਰਵਾਈ ਕਰਕੇ ਦੱਸਾਂਗੇ, ਹਾਲਾਂਕਿ ਉਹ ਅਜੇ ਵੀ ਡਿਫੈਂਸਿਵ ਨਜ਼ਰ ਆਏ ਜਵਾਨ ਨੂੰ, ਉਹਨਾਂ ਨੇ ਸ਼ਬਦ ਨਹੀਂ ਕੱਢਿਆ ਉਸ ਤਰ੍ਹਾਂ ਦਾ ਜੋ ਕੁਛ ਉਹ ਬੋਲਦੇ ਰਹੇ ਨੇ। ਨਹੀਂ ਨਹੀਂ, ਪਰ ਮੇਰੇ ਕਹਿਣ ਦਾ ਮਤਲਬ ਆ ਫਿਰ ਇਹੋ ਜਿਹੀ ਦੀ ਗਰੰਟੀ ਕਾਹਦੀ ਆ? ਬਈ ਇਹ ਕੋਈ ਕਮੇਡੀ ਸਰਕਸ ਨਹੀਂ ਹੈ, ਇਹ 3 ਕਰੋੜ ਲੋਕਾਂ ਪ੍ਰਤੀ ਸੁਹਿਰਦਤਾ ਜਿਹੜੀ ਆ ਔਰ ਦੂਰ ਅੰਦੇਸ਼ੀ ਨਾ ਲੈਣ ਵਾਲੇ ਫੈਸਲੇ ਬਣਾਉਣੇ ਸਰਕਾਰ ਨੇ ਕਰਨੇ ਆ। ਅਤੇ ਫਿਰ ਆਪਾਂ ਬੇਸਿਕਲੀ ਦੇਖੋ, ਮੈਂ ਤਾਂ ਉਦੋਂ ਵੀ ਗਾਂਹ ਕਹਿੰਦਾ ਕਿ ਸਾਨੂੰ ਤਾਂ ਕੁਲੈਕਟਿਵ ਲੀਡਰਸ਼ਿਪ 'ਤੇ ਅੱਗੇ ਵਧਣਾ ਚਾਹੀਦਾ, ਕਿਉਂਕਿ ਤੁਸੀਂ ਹੋ ਸਕਦਾ ਮੈਨੂੰ ਕੁਐਸਚਨ ਪੁੱਛੋ ਵੀ ਹਾਂ ਵੀ ਚੀਸੀ ਐਮ ਤੁਹਾਨੂੰ ਤਾਂ ਬਣਦਾ ਹੈ ਤੁਹਾਨੂੰ ਤਾਂ, ਬਟ ਮੈਂ ਇਹ ਕਹਿੰਦਾ, ਮੈਂ ਤਾਂ ਖਿਡਾਰੀ ਹਾਂ। ਆਪਾਂ ਨੂੰ 2-2.5 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਨੂੰ ਲਾਰਜਰ ਦੈਨ ਲਾਈਫ ਪੇਸ਼ ਕੀਤਾ ਗਿਆ। ਬਿਲਕੁਲ। ਅੱਛਾ, ਕੰਟਰੀ ਨੂੰ ਕੀ ਮਿਲਿਆ? ਕੰਟਰੀ ਕਿੱਥੇ ਖੜਾ? ਬਈ ਇਹ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਨਹੀਂ ਹੈ, ਇਟ ਇਜ਼ ਏ ਉਹ ਡੈਮੋਕ੍ਰੇਸੀ ਆ ਜਿਹਦੇ ਵਿੱਚ ਕਲੈਕਟਿਵ ਇੰਡੀਆ, ਉਹਨਾਂ ਦੇਸ਼ਾਂ ਦੇ ਵਿੱਚੋਂ ਇੰਡੀਆ, ਆਸਟ੍ਰੇਲੀਆ ਜਾਂ ਕੋਈ, ਜਿਹਨੂੰ ਡਾਇਮੰਡ ਡੈਮੋਕ੍ਰੇਸੀ ਕਹਿੰਦੇ, ਜਿਹਦਾ ਡਾਇਮੰਡ ਸੈਟਅਪ ਆ। ਅੱਛਾ, ਸਾਡੇ ਹੋ ਕੀ ਗਿਆ? ਇੱਕ ਬੰਦੇ ਨੂੰ ਇਹੋ ਜਿਹਾ ਵੱਡਾ ਬਣਾ ਦਿੰਦਾ ਵੀ, ਅੱਛਾ ਇਹਦੇ ਵਿੱਚ ਬਿਊਰੋਕਰੈਟਸ ਦਾ ਵੀ ਬਹੁਤ ਵੱਡਾ ਰੋਲ ਆ। ਉਹਨਾਂ ਨੂੰ ਇਹ ਲੱਗਦਾ ਵੀ ਇੱਕ ਬੰਦੇ ਕੋਲ ਪਾਵਰ ਦੇ ਦਿਓ ਤਾਂ ਕਿ ਉਹਦੇ ਕੋਲ ਟਾਈਮ ਥੋੜ੍ਹਾ ਹੋਵੇ ਸਾਡੀ ਫਾਈਲ ਨੂੰ, ਕੋਈ ਬਹੁਤਾ ਪੜ੍ਹੇ ਹੀ ਨਾ, ਬਹੁਤਾ ਸੋਚੇ ਹੀ ਨਾ, ਬਹੁਤਾ ਸਮਝੇ ਨਾ। ਬਈ ਇਹ ਤਾਂ ਇੱਕ ਟੀਮ ਹੈ, ਟੀਮ ਹੀ ਪੰਜਾਬ ਨੂੰ ਇਸ ਸਿਚੁਏਸ਼ਨ ਦੇ ਵਿੱਚੋਂ ਕੱਢ ਸਕਦੀ ਹੈ। ਮੈਂ ਤਾਂ ਟੀਮ ਦਾ ਹਾਮੀ ਹਾਂ, ਮੈਂ ਟੀਮ ਦਾ ਪਲੇਅਰ ਹਾਂ। ਇਹ ਬੜੀ ਇੰਟਰਸਟਿੰਗ ਗੱਲ ਕਹੀ ਪ੍ਰਗਟ ਜੀ ਤੁਸੀਂ, ਕਿ ਤੁਸੀਂ ਟੀਮ ਗੇਮ ਦੇ ਸਟਾਰ ਰਹੇ ਹੋ, ਹੈ ਨਾ, ਪਰ ਤੁਹਾਡੇ ਮਿੱਤਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਾਂਗਰਸ ਦੇ ਲੀਡਰਾਂ ਨੇ ਖੁੱਲ੍ਹ ਕੇ ਕਿਹਾ ਕਿ ਉਹ ਆਪਦੀ ਵੱਖਰੀ ਡਫਲੀ ਵਜਾ ਰਹੇ ਹੈ, ਸੀਐਮ ਫੇਸ ਸਾਨੂੰ ਚੰਨੀ ਹੋਣੇ ਚਾਹੀਦੇ, ਸੀਨੀਅਰ ਮੋਸਟ ਮਿਨਿਸਟਰ ਬ੍ਰਹਮ ਮਹਿੰਦਰਾ, ਤ੍ਰਿਪਤ ਬਾਜਵਾ, ਹੋਰ ਨਾਂ ਲੈ ਲਓ। ਮੈਂ ਇਹ ਗੱਲ ਕਹਿ ਰਿਹਾ ਵੀ ਕਿਆ ਨਵਜੋਤ ਸਿੱਧੂ ਫਿਰ ਟੀਮ ਐਜ਼ ਏ ਟੀਮ ਸਪਿਰਿਟ ਨਹੀਂ ਚੱਲ ਰਹੇ, ਇੰਡੀਵਿਜੁਅਲ ਗੇਮ ਖੇਲ ਰਹੇ? ਹਰ ਬੰਦੇ ਦਾ ਇੱਕ ਡਿਫਰੈਂਟ ਨਜ਼ਰੀਆ ਹੈਗਾ। ਮੇਰੇ ਹੋ ਸਕਦਾ ਮੇਰੀ ਗੱਲ ਕੋਈ ਮੰਨੀ ਨਾ ਵੀ ਜਾਵੇ, ਪਰ ਮੈਂ ਆਪਣੀ ਓਪੀਨੀਅਨ ਜ਼ਰੂਰ ਰੱਖਦਾ। ਮੈਂ ਹਮੇਸ਼ਾ ਆਪਣੀ ਓਪੀਨੀਅਨ ਰੱਖੀ ਆ ਕਿ ਮੈਨੂੰ ਐਂ ਲੱਗਦਾ ਹੈਗਾ ਵੀ ਆਹ ਗੱਲ ਹੈਗੀ ਆ। ਜੇ ਬਾਕੀ ਹੋਰ 4 ਸਿਆਣੇ ਬੰਦੇ ਕੋਈ ਹੋਰ ਚੰਗੀ ਗੱਲ ਸਮਝਦੇ ਆ ਤਾਂ ਫਿਰ ਆਪਾਂ ਉਹ ਕਰ ਲਾਂਗੇ। ਬਈ ਡੈਮੋਕ੍ਰੇਸੀ ਤਾਂ ਇਹੀ ਆ ਨਾ ਵੀ ਆਪਾਂ ਮਾਈਵੇ ਔਰ ਹਾਈਵੇ ਨਹੀਂ ਹੋਣਾ ਚਾਹੀਦਾ। ਡੈਫੀਨੇਟਲੀ, ਕਿਉਂਕਿ ਇਹ ਤਾਂ ਡਿਸਕਸ਼ਨ ਦੇ ਵਿੱਚੋਂ ਚੰਗੀਆਂ ਚੀਜ਼ਾਂ ਕੱਢ ਕੇ ਉਹਦੀ ਇੰਪਲੀਮੈਂਟੇਸ਼ਨ ਹੈਗੀ, ਉਹਦੇ 'ਤੇ ਗਾਹ ਤੁਰਨਾ ਚਾਹੀਦਾ। ਪ੍ਰਗਟ ਸਿੰਘ ਜਦੋਂ ਕੈਂਪੇਨ ਕਰ ਰਹੇ ਨੇ, ਹੁਣ ਲੋਕਾਂ ਕੋਲ ਦੁਬਾਰਾ ਵੋਟ ਲੈਣ ਜਾ ਰਹੇ ਨੇ, ਸਿੱਧੂ ਮਾਡਲ ਦਿਖਾਉਂਦੇ ਕਿਤੇ ਜਾਂ ਮੈਨੀਫੈਸਟੋ ਦੀ ਵੇਟ ਕਰ ਰਹੇ?
ਇਮਾਨਦਾਰੀ ਨਾਲ ਦੇਖੋ ਸਿੱਧੂ ਮਾਡਲ ਜਿਹੜਾ ਆ ਬੇਸਿਕਲੀ ਹਰ ਬੰਦੇ ਦਾ ਇੱਕ ਨਜ਼ਰੀਆ ਹੈਗਾ ਮੈਨੀਫੈਸਟੋ ਕਮੇਟੀ ਆ ਦੇਖੋ ਸਾਨੂੰ ਇਹ ਤਾਂ ਹੈ ਵੀ ਸਾਨੂੰ ਰੈਵੀਨਿਊ ਵਧਾਉਣ ਲਈ ਬਿਲਕੁਲ ਸਾਨੂੰ ਐਕਸਾਈਜ਼ ਦੀ ਕਾਰਪੋਰੇਸ਼ਨ ਬਣਾਉਣੀ ਪਊਗੀ ਸਾਨੂੰ ਸਟੇਟ ਦਾ ਕੰਟਰੋਲ ਤੇ ਹੋਣਾ ਚਾਹੀਦਾ ਹਾਂ ਡੈਫੀਨੇਟਲੀ ਸਾਨੂੰ ਮਾਈਨਿੰਗ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਕਾਰਪੋਰੇਸ਼ਨ ਬਣਾਉਣੀ ਪਊਗੀ ਸਾਨੂੰ ਹੋਰ ਵੀ ਜਿਹੜੇ ਵਸੀਲੇ ਆ ਉਹ ਜੁਟਾਉਣੇ ਪੈਣਗੇ ਤਾਂ ਹੀ ਜਾ ਕੇ ਅਸੀਂ ਪੰਜਾਬ ਨੂੰ ਇਹੋ ਜਿਹੇ ਸਿਸਟਮ ਦੇ ਵਿੱਚੋਂ ਕੱਢ ਸਕਾਂਗੇ ਨਹੀਂ ਤਾਂ ਅਦਰਵਾਈਜ਼ ਕਿਉਂਕਿ ਜੇ ਫਾਈਨੈਂਸ਼ਲੀ ਅਸੀਂ ਇੰਪਰੂਵ ਨਾ ਕੀਤਾ ਤਾਂ ਫਿਰ ਅਸੀਂ ਉਹੋ ਹੀ ਸਮੱਸਿਆ ਦੇ ਵਿੱਚ ਘਿਰੇ ਰਵਾਂਗੇ ਪ੍ਰਗਟ ਜੀ ਪੋਲੀਟਿਕਸ ਦਾ ਵੀ ਚੰਗਾ ਖਾਸਾ ਤਜਰਬਾ ਹੋ ਗਿਆ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਤੁਹਾਡੇ ਕੋਲ ਰਿਹਾ ਪੰਜਾਬ ਦੇ ਵਿੱਚ ਜਿੰਨੇ ਐਜੂਕੇਸ਼ਨ ਮਿਨਿਸਟਰ ਬਣੇ ਨੇ ਉਹ ਕਹਿੰਦੇ ਟੀਚਰ ਹੀ ਪੱਠਾ ਬਿਠਾ ਦਿੰਦੇ ਉਹਨਾਂ ਦਾ ਬਾਅਦ 'ਚੋਂ ਕਿਉਂਕਿ ਉਹਨਾਂ ਨੂੰ ਟੀਚਰਸ ਦੇ ਪ੍ਰੋਟੈਸਟ ਜਿਹੜੇ ਨੇ ਉਹ ਵਿਰਾਸਤ 'ਚ ਮਿਲ ਜਾਂਦੇ ਜਦੋਂ ਕੋਈ ਨਵਾਂ ਮਿਨਿਸਟਰ ਮਿਲਦਾ ਤੁਹਾਡੇ ਘਰ ਦੇ ਬਾਹਰ ਵੀ ਧਰਨਾ ਲੱਗ ਗਿਆ ਪ੍ਰੋਟੈਸਟ ਹੋਏ ਤੁਹਾਨੂੰ ਤੁਸੀਂ ਮਿਨਿਸਟਰ ਉਸ ਸਮੇਂ ਬਣੇ ਜਦੋਂ ਪ੍ਰੋਟੈਸਟ ਹੋ ਰਹੇ ਸੀਗੇ ਇਹ ਗੱਲ ਕੋਈ ਨੋ ਡਾਊਟ ਇਸ 'ਚ ਹੈ ਨਾ ਫਿਰ ਇਸ ਚੀਜ਼ ਦਾ ਸਲਿਊਸ਼ਨ ਕੀ ਹੈਗਾ ਕਿਉਂਕਿ ਉਹ ਬੈਗੇਜ ਤੁਹਾਡੇ ਕੋਲ ਆਉਣਾ ਕਿ ਪ੍ਰਗਟ ਸਿੰਘ ਮੰਤਰੀ ਬਣ ਗਏ ਕੁਛ ਮੁੱਦੇ ਹੱਲ ਹੋਏ ਜਾਂ ਬਹੁਤ ਸਾਰੇ ਨਹੀਂ ਹੋਏ ਦੇਖੋ ਉਹਦਾ ਬੈਕਫਾਇਰ ਲੱਗ ਸਕਦਾ ਮੈਂ ਐਜੂਕੇਸ਼ਨ ਮਹਿਕਮਾ ਮੰਗ ਕੇ ਲਿਆ ਕਿਉਂਕਿ ਦੁਨੀਆ ਦੇ ਵਿੱਚ ਜਦੋਂ ਵੀ ਬਦਲਾਅ ਆਇਆ ਉਹ ਐਜੂਕੇਸ਼ਨ ਬਿਹਤਰ ਨਾਲ ਹੀ ਆਇਆ ਕਿਉਂਕਿ ਅਸੀਂ ਜੇ ਕਹੀਏ ਇਹਨਾਂ ਚੀਜ਼ਾਂ ਤੋਂ ਡਰਦੇ ਰਹੀਏ ਆਈ ਆਲਵੇਜ਼ ਫੇਸ ਮੈਂ ਟਫ ਟਾਈਮ ਔਰ ਟਫ ਚੀਜ਼ਾਂ ਨੂੰ ਹਮੇਸ਼ਾ ਫੇਸ ਕੀਤਾ ਔਰ ਇਹ ਵੀ ਟਫ ਮਹਿਕਮਾ ਹੈਗਾ ਲੇਕਿਨ ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਨਾ ਬਣਾਇਆ ਫਿਰ ਇਹ ਸਾਡੀਆਂ ਬਿਲਡਿੰਗਾਂ ਸਾਡੇ ਸੜਕਾਂ ਸਾਡੇ ਪੁਲ ਕੋਈ ਬਹੁਤੇ ਕੰਮ ਨਹੀਂ ਆਉਣੇ ਇਹ ਮੈਂ ਸਵਾਲ ਤੁਹਾਨੂੰ ਪ੍ਰਗਟ ਜੀ ਇਸ ਲਈ ਕਰ ਰਿਹਾ ਕਿਉਂਕਿ ਇਲੈਕਸ਼ਨ ਦੇ ਸਮੇਂ ਲੋਕ ਅਨਨੈਸੈਸਰੀ ਕੰਟਰੋਵਰਸੀ ਤੋਂ ਬਚ ਕੇ ਚੱਲਦੇ ਆ ਮੈਂ ਕਹਿ ਰਿਹਾ ਤੁਸੀਂ ਜਿਸ ਸਮੇਂ ਮਿਨਿਸਟਰ ਮਿਲੇ ਤੁਸੀਂ ਇਨਹੈਰੀਟ ਕਰ ਲਈ ਉਹ ਚੀਜ਼ਾਂ ਬਾਈ ਡਿਫਾਲਟ ਇਹਦਾ ਡਰ ਹੈਗਾ ਨਹੀਂ ਬਿਲਕੁਲ ਨਹੀਂ ਹੈ ਕਿਉਂਕਿ ਮੈਂ ਜਿੰਨਾ 3 ਮਹੀਨੇ ਜੋ ਕੰਮ ਕਰ ਸਕਦਾ ਸੀ ਇਹ ਸਾਰਿਆਂ ਨੂੰ ਪਤਾ ਸਾਰੇ ਟੀਚਰਸ ਨੂੰ ਪਤਾ ਸਾਰੇ ਜਿੰਨੇ ਡਿਪਾਰਟਮੈਂਟ ਹੈਗੇ ਉਹਨਾਂ ਨੂੰ ਪਤਾ ਹੈਗਾ ਕਿ ਹਾਂ ਵੀ ਜੋ ਹੋਣ ਵਾਲਾ ਸੀ ਕਿਉਂਕਿ ਹੋਇਆ ਕਿ ਸਮੇਂ ਤੇ ਰੂਲਾਂ ਦੇ ਵਿੱਚ ਡਿਵਰਸ਼ਨ ਹੋ ਗਈ ਉਹਦੇ ਕਰਕੇ ਉਹ ਚੀਜ਼ਾਂ ਜਿਹੜੀਆਂ ਕੋਰਟ ਦੇ ਵਿੱਚ ਚਲੇ ਗਈ ਔਰ ਮੈਂ ਅੱਜ ਵੀ ਸਾਡੇ ਕੋਲ 31,000 ਪੋਸਟਾਂ ਆ 19,000 ਉਹ ਆ ਅਤੇ 11,000-12,000 ਮੈਂ ਹੁਣ ਕ੍ਰੀਏਟ ਕਰਵਾਈਆਂ ਇਹ 31,000 ਪੋਸਟਾਂ ਮੈਂ ਕਿਹਾ ਅੱਜ ਦੇ ਜੋ ਰੂਲ ਹੈਗੇ ਆ ਉਹਦੇ ਮੁਤਾਬਕ ਆਪਾਂ ਭਰ ਲਈਏ ਤਾਂ ਮੈਨੂੰ ਲੱਗਦਾ 80-90% ਸਮੱਸਿਆਵਾਂ ਇਹ ਜੇ ਸੋਲਵ ਹੋ ਜਾਣਗੀਆਂ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਉਂਕਿ ਮੈਂ ਉਹ ਭਰਤੀ ਇਸੇ ਕਰਕੇ ਇਲੈਕਸ਼ਨ ਕੋਡ ਤੋਂ ਪਹਿਲਾਂ ਸ਼ੁਰੂ ਕਰ ਲਈ ਸੀ ਤਾਂ ਕਿ ਇਹਦੇ ਪ੍ਰੋਸੈਸ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਆਵੇ ਪ੍ਰੋਸੈਸ ਰੁਕੇ ਨਾ ਸੋ ਇਸ ਕਰਕੇ ਇਹ 70-80% ਤੱਕ ਇਹ ਪ੍ਰੋਬਲਮ ਜਿਹੜੀ ਉਹ ਸੋਲਵ ਹੋਣ ਵਾਲੀ ਹੈਗੀ ਔਰ ਆਉਣ ਵਾਲੇ ਦਿਨਾਂ 'ਚ ਪਰਮਾਤਮਾ ਨੇ ਸੁੱਖ ਰੱਖਿਆ ਜੇ ਸਰਕਾਰ ਇਹ ਆਉਂਦੀ ਹੈ ਤਾਂ ਮੈਂ ਕਹੂੰਗਾ ਵੀ ਮੈਨੂੰ ਇਹ ਮਹਿਕਮਾ ਦੇ ਦਿਓ ਤਾਂ ਕਿ ਅੱਛਾ ਸਰਕਾਰ ਬਣੀ ਫਿਰ ਐਜੂਕੇਸ਼ਨ ਮਿਨਿਸਟਰ ਬਣਨਾ ਚਾਹੋਗੇ ਮੈਂ ਡੈਫੀਨੇਟਲੀ ਔਰ ਸਪੋਰਟਸ ਲਓਗੇ ਨਾਲ ਹਾਂ ਬਿਲਕੁਲ ਸਪੋਰਟਸ ਨਾਲ ਲਊਂਗਾ ਔਰ ਇਸੇ ਕਰਕੇ ਕਿ ਯਾਰ ਜੇ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਨੂੰ ਨਾ ਲੈ ਕੇ ਜਾ ਸਕੇ ਕਿਉਂਕਿ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ ਬੰਦੇ ਦੀ ਜਿਹੜੀ ਉਹਨੂੰ ਸ਼ੇਪ ਅਪ ਕਰਨ ਲਈ ਉਹਨੂੰ ਬਿਲਡ ਅਪ ਕਰਨ ਲਈ ਸੋ ਮੈਨੂੰ ਲੱਗਦਾ ਕਿ ਇਸ ਸਮੱਸਿਆ ਦਾ ਆਪਾਂ ਨੂੰ ਸਮਾਧਾਨ ਕੱਢਣ ਦੀ ਜ਼ਰੂਰਤ ਹੈਗੀ ਹੈ ਇਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਇਹਨੂੰ ਫੇਸ ਟੂ ਫੇਸ ਲੈਣ ਦੀ ਜ਼ਰੂਰਤ ਹੈ ਅੰਮ੍ਰਿਤਸਰ ਦੇ ਵਿੱਚ ਸਿੱਧੂ ਸਾਹਿਬ ਨੇ ਅੱਜ ਆਪਣਾ ਨੋਮੀਨੇਸ਼ਨ ਫਾਈਲ ਕਰ ਦਿੱਤਾ ਉਹ ਉਸ ਕੰਸਟੀਚੁਐਂਸੀ ਨੂੰ ਇਸ ਤਰ੍ਹਾਂ ਮੰਨਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਟਰੈਪ ਕਰ ਲਿਆ ਵਿਕਰਮ ਸਿੰਘ ਮਜੀਠੀਆ ਨੂੰ ਫੀਲਡ ਕਰਕੇ ਉਹਨਾਂ ਦੇ ਅਗੇਂਸਟ ਪ੍ਰਗਟ ਸਿੰਘ ਇਸ ਫਾਈਟ ਨੂੰ ਇਸ ਲੜਾਈ ਨੂੰ ਕਿਵੇਂ ਦੇਖਦਾ ਇਹ ਬਾਕੀ ਸੀਟਾਂ ਤੇ ਵੀ ਫਾਇਦਾ ਹੋਊਗਾ ਅੱਛਾ ਮੈਨੂੰ ਲੱਗਦਾ ਕਿਸ ਤਰ੍ਹਾਂ ਕਿਉਂਕਿ ਪਰਸੈਪਸ਼ਨ ਜਿਹੜੀ ਆ ਦੇਖੋ ਜਿਹੜੀ ਨਵਜੋਤ ਸਿੱਧੂ ਦੀ ਪਰਸੈਪਸ਼ਨ ਹੈ ਤੇ ਵਿਕਰਮ ਮਜੀਠੀਆ ਦੀ ਪਰਸੈਪਸ਼ਨ ਇੰਟਾਇਰਲੀ ਦੋ ਡਿਫਰੈਂਟ ਚੀਜ਼ਾਂ ਹੈ ਪੋਲਿਟਿਕਸ 'ਚ ਬਹੁਤ ਇੰਪੋਰਟੈਂਟ ਹੁੰਦੀ ਹੈ ਪਰਸੈਪਸ਼ਨ ਬਹੁਤ ਪਰਸੈਪਸ਼ਨ ਇੰਪੋਰਟੈਂਟ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਜਿਹੜੀ ਮਾੜੀ ਮੋਟੀ ਨਾਲ ਦੀਆਂ ਵੀ ਕੰਸਟੀਚੁਐਂਸੀਆਂ ਜਿਹੜੀਆਂ ਕਿਤੇ ਥੋੜ੍ਹੀਆਂ ਬਹੁਤੀਆਂ ਸ਼ੇਕ ਸ਼ੂਕ ਕਰਦੀਆਂ ਸੀ ਮੈਨੂੰ ਲੱਗਦਾ ਉਹ ਵੀ ਸੈਟਲ ਹੋ ਜਾਣਗੀ ਅੱਛਾ ਨਵਜੋਤ ਸਿੱਧੂ ਦਾ ਫਾਇਦਾ ਹੋਏਗਾ ਹਾਂ ਡੈਫੀਨੇਟਲੀ ਆਖਰੀ ਸਵਾਲ ਹਵਾ ਬਹੁਤ ਇੰਪੋਰਟੈਂਟ ਹੁੰਦੀ ਨਾ ਦੇਖਦੇ ਆਪਾਂ ਹਵਾ ਦਾ ਰੁਖ ਇਲੈਕਸ਼ਨਸ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਇਮਾਨਦਾਰੀ ਨਾਲ ਦੱਸਿਓ ਅੱਜ ਦੀ ਸਿਚੁਏਸ਼ਨ ਦੇ ਵਿੱਚ ਕੀ ਅਸੈਸ ਕਰ ਰਹੇ ਹੋ ਸਿਚੁਏਸ਼ਨ ਪੰਜਾਬ ਦੀ ਬਿਲਕੁਲ ਦੇਖੋ ਇੱਕ ਤਾਂ ਪਾਰਟੀਆਂ ਵੱਧ ਹੋ ਗਈਆਂ ਜਿਹਦੇ ਕਰਕੇ ਐਗਜੈਕਟਲੀ ਅਸੈਸ ਕਰਨਾ ਬਟ ਮੇਰੀ ਜਿੰਨੀ ਕੈਲਕੂਲੇਸ਼ਨ ਆ ਕਿ ਕਾਂਗਰਸ ਨੇ ਕਦੀ ਵੀ 33-34% ਤੋਂ ਘੱਟ ਵੋਟ ਸ਼ੇਅਰ ਜਿਹੜਾ ਉਹ ਨਹੀਂ ਕਾਡਰ ਵੋਟ ਔਰ ਜੇ ਉਨਾ ਹੀ ਵੋਟ ਪੈ ਜਾਵੇ ਕੰਫਰਟੇਬਲੀ ਜਿਹੜੀ ਆ ਕਾਂਗਰਸ ਦੀ ਸਰਕਾਰ ਬਣੂਗੀ ਕੰਫਰਟੇਬਲੀ ਕਾਂਗਰਸ ਦੀ ਸਰਕਾਰ ਬਣੂਗੀ ਇਹ ਸਾਰੀਆਂ ਜਿਹੜੀਆਂ ਕਿਆਸ ਰਾਜਾਂ ਹੈਗੀਆਂ ਇਹ ਕਿਉਂਕਿ ਦੇਖੋ ਖਾਸ ਕਰਕੇ ਜਿਹੜਾ ਕੇਜਰੀਵਾਲ ਆਮ ਆਦਮੀ ਪਾਰਟੀ ਆ 800 ਕਰੋੜ ਰੁਪਈਏ ਦਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਅਤੇ ਮੀਡੀਆ ਦਾ ਬਜਟ ਆ ਐਕਚੁਲੀ ਗਰਾਊਂਡ ਲੈਵਲ 'ਤੇ ਕੁਛ ਲੰਮੀ ਚੌੜੀ ਗੱਲ ਹੈ ਨਹੀਂ
ਲੇਕਿਨ ਉਹ ਹਵਾ ਕ੍ਰੀਏਟ ਹੋਈ ਆ, ਉਹ ਹਵਾ ਕਦੋਂ ਕੁ ਨਿਕਲਦੀ ਹੈਗੀ ਆ, ਕਿਉਂਕਿ ਪਿਛਲੀ ਵਾਰੀ ਵੀ ਪਹਿਲੇ ਪੋਲੀਟੀਕਲ ਮਾਰਕੀਟਿੰਗ ਵੀ ਬੜੀ ਵੱਡੀ ਮਾਰਕੀਟ ਹੋ ਗਈ ਨਾ, ਤਾਂ ਉਹੀ ਗੱਲ ਕਰਦਾ ਵੀ ਪੋਲੀਟੀਕਲ ਮਾਰਕੀਟਿੰਗ ਹੈ, ਇਦੋਂ ਇਲਾਵਾ ਕੁਛ ਨਹੀਂ ਹੈਗੀ। ਸੋ ਮੈਨੂੰ ਲੱਗਦਾ ਵੀ ਕਦੋਂ ਕਿ ਹਵਾ ਨਿਕਲਦੀ ਆ, ਗੱਲ ਤਾਂ ਇੱਥੇ ਕੁ ਖੜੀ। ਚੈਲੰਜ ਕਿਹੜਾ ਹੈਗਾ ਕਾਂਗਰਸ ਲਈ, ਮਤਲਬ ਅਕਾਲੀ ਚੈਲੰਜ ਲੱਗ ਰਹੇ ਉਹਨਾਂ ਨੂੰ ਜਾਂ ਆਪਣੇ ਹਲਕੇ 'ਚ ਦੇਖਾਂ ਤਾਂ ਮੈਨੂੰ ਤਾਂ ਨਹੀਂ ਲੱਗਦਾ। ਦੋਨੋਂ ਤੁਹਾਡੇ ਹਲਕੇ ਔਰ ਸਟੇਟ 'ਚ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਚੈਲੰਜ, ਪਤਾ ਨਹੀਂ ਸੰਭਵ, ਮੈਨੂੰ ਗੱਟ ਫੀਲਿੰਗ ਹੈ ਕਿ ਚੈਲੰਜ ਕੋਈ ਬਹੁਤਾ ਲੰਮਾ ਚੌੜਾ ਹੈ ਨਹੀਂ ਗਾ, ਕਿਉਂਕਿ ਜਦੋਂ ਗਰਾਊਂਡ ਲੈਵਲ 'ਤੇ ਜਾਣੀ ਆ ਨਾ ਗੱਲ, ਅਲਟੀਮੇਟਲੀ ਤਾਂ ਵੋਟਰ ਨੇ ਵੋਟ ਪਾਉਣੀ ਆ। ਅਸੀਂ ਸਾਰਾ ਕੁਛ ਕਰਦੇ ਹਾਂ, ਸੋਸ਼ਲ ਮੀਡੀਆ, ਦੂਜਾ ਤੀਜਾ ਹਵਾ, ਬਟ ਐਟ ਦਾ ਸੇਮ ਟਾਈਮ ਜਿਹੜਾ ਵੋਟਰ ਦਾ ਦਿਮਾਗ ਆ ਉਹ ਕੀ ਕਹਿੰਦਾ, ਉਹ ਕਿੱਥੇ ਕੁ ਜਾ ਕੇ ਖੜਦਾ, ਗੱਲ ਤਾਂ ਉਹ ਡਿਪੈਂਡ ਕਰਦੀ ਆ, ਬਾਕੀ ਹੋਰ ਕੋਈ ਬਹੁਤਾ ਮੈਟਰ ਨਹੀਂ ਕਰਦੀ। ਇਹ 20 ਕੁ ਦਿਨ ਦੀ ਆਪਾਂ ਸਾਰੇ ਪੰਜਾਬੀਆਂ ਨੂੰ ਇੰਨੀ ਕੁ ਹਾਈਪ ਕ੍ਰੀਏਟ ਹੋਈ ਹੁੰਦੀ ਆ, ਇਲੈਕਸ਼ਨ ਦਾ ਨੇਚਰ ਹੈ। ਹਾਂ, ਇਹ ਇਲੈਕਸ਼ਨ ਦਾ ਨੇਚਰ ਹੈ, ਪੰਜਾਬੀਆਂ ਦਾ ਵੀ ਨੇਚਰ ਆ, ਵੀ ਉਹ ਦਗੜ 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 ਦਗੜ, ਅਤੇ ਉਹਦੇ ਤੋਂ ਬਾਅਦ ਜਦੋਂ ਉਹਦੇ ਰਿਜ਼ਲਟ ਨਿਕਲਦੇ ਆ, ਰਿਜ਼ਲਟ ਫਿਰ ਉਹੀ ਨਿਕਲਦੇ ਆ ਜਿਹੜਾ ਪੰਜਾਬ ਚਾਹੁੰਦਾ ਹੁੰਦਾ। ਪੰਜਾਬ ਦੇ ਬਾਰੇ, ਪੰਜਾਬ ਦੇ ਵੋਟਰ ਦੇ ਬਾਰੇ ਕਿਹਾ ਜਾਂਦਾ ਵੀ ਬਹੁਤ ਵੋਕਲ ਹੁੰਦੇ ਹਮੇਸ਼ਾ, ਪਰ ਜਿਹੜੇ ਰਿਜ਼ਲਟ ਦਿੰਦੇ ਉਹ ਬੜੇ ਸਰਪ੍ਰਾਈਜ਼ਿੰਗ ਦਿੰਦੇ, ਰਿਜ਼ਲਟ ਉਸ ਤੋਂ ਉਲਟ ਆ ਜਾਂਦੇ ਜੋ ਵੋਕਲ ਲੋਕ ਸੁਣਦੇ ਆ। ਨਹੀਂ, ਉਹ ਦੇਖੋ, ਉਹ ਜਿਹੜੀ ਮੀਡੀਆ ਜਾਂ ਜਿਹੜੀ ਇਲੈਕਸ਼ਨ ਮਾਰਕੀਟਿੰਗ ਹੈ ਨਾ, ਇਹ ਉਹਦਾ ਨਜ਼ਰੀਆ ਹੈਗਾ, ਕਿਉਂਕਿ ਜਦੋਂ ਦੇਖਦੇ ਆ ਉਹ ਫਿਰ ਹੌਲੀ ਹੌਲੀ ਸੋਚਣ ਲੱਗ ਜਾਂਦੇ ਵੀ ਯਾਰ ਕਿੱਥੇ ਕੁ ਗੱਲ ਖੜਦੀ ਆ, ਅਤੇ ਕਈ ਵਾਰੀ ਤਾਂ ਬੰਦਾ ਜਿਹੜਾ ਜਾਂਦਾ ਵੀ ਆਪਣਾ ਮਾਇੰਡ ਜਿਹੜਾ ਆ ਉਹ ਚੇਂਜ ਕਰ ਲਿਆ ਬਹੁਤ ਧੰਨਵਾਦ ਪ੍ਰਗਟ ਜੀ, ਸਾਡੇ ਨਾਲ ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ। ਸਿਰ ਸਨ ਪ੍ਰਗਟ ਸਿੰਘ, ਪੰਜਾਬ ਨੂੰ ਲੈ ਕੇ ਜਾਂ ਖਾਸ ਤੌਰ 'ਤੇ ਆਪਣੀ ਕੋਨਸਟੀਚੁਐਂਸੀ ਨੂੰ ਲੈ ਕੇ ਕੌਨਫੀਡੈਂਟ ਹੈਗੇ ਨੇ, ਸੀਟ ਨਿਕਲ ਰਹੀ ਹੈ, ਕਹਿੰਦੇ ਜਿੰਨੀਆਂ ਧਿਰਾਂ ਜ਼ਿਆਦੀਆਂ ਹੋਈਆਂ ਨੇ ਉਹਦਾ ਸਿਆਸੀ ਸਫਾਂ ਦੇ ਵਿੱਚ ਜਿੰਨੀ ਮਰਜ਼ੀ ਚਰਚਾ ਹੋਏ, ਪਰ ਪ੍ਰਗਟ ਸਿੰਘ ਦੀ ਅਸੈਸਮੈਂਟ ਇਹ ਹੈ ਕਿ ਉਨਾ ਹੀ ਫਾਇਦਾ ਜਿਹੜਾ ਸੱਤਾ ਧਿਰ ਕਾਂਗਰਸ ਨੂੰ ਹੋ ਰਿਹਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ, ਫਿਲਹਾਲ ਦੇ ਲਈ ਧੰਨਵਾਦ।